ਉਹ ਲੋਕ ਕਿਦਾਂ ਦੀ ਸੋਚ ਉਹਨਾਂ ਦੀ ਮਾਨਸਿਕਤਾ ਕੀ ਹੋਏਗੀ ਜਿਹੜਾ ਗਊਆਂ ਤੇ ਲਾਚਾਰ ਗਊਆਂ ਦੇ ਉੱਤੇ ਆਪਣੇ ਕੁੱਤੇ ਛੱਡ ਕੇ ਉਹਨਾਂ ਤੇ ਹਮਲਾ ਕਰਾ ਕੇ ਕੋਈ ਬੰਦਾ ਸ਼ਰਾਰਤੀ ਹੈ ਜਿਹੜਾ ਬੰਦਾ ਕੋਈ ਕਰ ਰਿਹਾ ਜੀ ਉਹ ਪਰਮਾਤਮਾ ਨੂੰ ਸਤਬੁੱਧੀ ਦਵੇ ਪ੍ਰਸ਼ਾਸਨ ਉੱਤੇ ਕੋਈ ਐਕਸ਼ਨ ਲਵੇ ਦੇਸ਼ ਵਿੱਚ ਭਾਜਪਾ ਦੀ ਮੈਜੋਰਟੀ ਵਾਲੀ ਪਹਿਲੀ ਸਰਕਾਰ ਬਣਨ ਤੇ ਹੀ ਗਊ ਦੇਨਾ ਤੇ ਸਿਆਸਤ ਸ਼ੁਰੂ ਹੋ ਗਈ। ਗਊਆਂ ਪਾਵੇਂ ਕੋਈ ਵੀ ਵਾਹਨ ਤੇ ਲੱਦ ਕੇ ਲੈ ਜਾ ਰਿਹਾ ਵਿਅਕਤੀ ਕੋਈ ਹੋਰ ਹੀ ਇਰਾਦਾ ਰੱਖਦਾ ਹੋਵੇ ਪਰ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਗਿਆ। ਪਰ ਇਹ ਸਭ ਕਿਸ ਦੇ ਲਈ? ਕਿ ਇਹ Hindu ਜਥੇਬੰਦੀਆਂ ਆਪਣੇ ਆਪ ਨੂੰ ਗਊ ਰક્ષਕ ਕਹਾਉਣ ਵਾਲੀਆਂ ਗਊਆਂ ਦੀ ਸੇਵਾ ਨੂੰ ਲੈ ਕੇ ਇੰਨੀਆਂ ਸੰਜੀਦਾ ਨੇ। ਆਓ ਤੁਹਾਨੂੰ ਦਿਖਾਉਨੇ ਹਾਂ ਕੁਝ ਅਜਹੀਆਂ ਤਸਵੀਰਾਂ। ਜੋ ਦਰਸਾਉਂਦੀਆਂ ਨੇ ਕਿ ਇਹਨਾਂ ਗਉਆਂ ਦੇ ਅੱਲੇ ਜ਼ਖਮਾਂ ਨੂੰ ਸਾਫ਼ ਕਰਨ ਲਈ ਇਹ ਜੱਥੇਬੰਦੀਆਂ ਫੇਲ ਸਾਬਤ ਹੋਈਆਂ ਨੇ गावां ਦੇ ਨਾਂ ਤੇ ਸਿਆਸਤ ਕਰਨ ਵਾਲੀਆਂ ਜਥੇਬੰਦੀਆਂ ਦੀ ਨਜ਼ਰਾਂ ਤੋਂ ਔਲੇ ਰੁੱਲ ਰਹੀਆਂ ਇਹਨਾਂ گاਵਾਂ ਦੀਆਂ ਅੱਲੇ ਜ਼ਖਮਾਂ ਤੇ ਮਲ੍ਹਮ ਲਾਉਣ ਦੇ ਲੋਕਾਂ ਦੀ ਜਦੋਂ ਕਾਟ ਹੋ ਗਈ ਤਾਂ ਕੁਝ ਅਜਿਹੇ ਲੋਕ ਅੱਗੇ ਆਏ ਜਿਨ੍ਹਾਂ ਨੇ ਇਹਨਾਂ گاਵਾਂ ਨੂੰ ਇਕੱਠਾ ਕੀਤਾ ਇਹਨਾਂ ਦੀ ਦੇਖਭਾਲ ਕੀਤੀ ਤੇ ਇਹਨਾਂ ਦੇ ਜ਼ਖਮਾਂ ਤੇ ਮਰਮ ਲਗਾਈ ਸਭ ਤੋਂ ਪਹਿਲਾਂ ਤਾਂ ਜਾਣਨਾ ਚਾਹਾਂਗੇ ਕਦੋਂ ਇਹ ਕੰਮ ਕਦੋਂ ਸੇਵਾ ਸ਼ੁਰੂ ਕੀਤੀ ਇਹ ਸੇਵਾ ਦੀ 7 ਸਾਲ ਤੋਂ ਸ਼ੁਰੂ ਹੋਈ ਸੇਵਾ ਪਹਿਲਾਂ 3 ਨੰਬਰ ਡੀਨ ਗਉਂਸ਼ਾਲਾ ਦੇ ਸੇਵਾ ਕਰਨ ਜਾਂਦੇ ਸੀ ਉੱਥੇ ਸਾਰੇ ਭਰਾ ਇਕੱਠੇ ਹੋ ਗਏ ਆਪਸ ਦੇ ਵਿੱਚ ਤੇ ਫਿਰ ਥੋੜੇ ਟਾਈਮ ਬਾਅਦ ਸਾਨੂੰ ਬਾਹਰ ਸੇਵਾ ਕਰਨ ਦਾ ਮੌਕਾ ਮਿਲਿਆ ਸੜਕ ਦੇ ਉੱਤੇ ਜ਼ਖਮੀ ਗਾਵਾਂ ਕਾਇਲ ਗਾਵਾਂ ਦਾ ਉਹ ਸੇਵਾ ਚਲਦੇ-ਚਲਦੇ ਕਿਸੇ ਸੱਜਣ ਨੇ ਸਾਨੂੰ ਦੇਖ ਕੇ ਸਾਨੂੰ ਇੱਕ ਜਗ੍ਹਾ ਸਾਨੂੰ ਸੇਵਾਦਾਰੀ ਦਿੱਤੀ ਸਾਨੂੰ ਵੀ ਸੇਵਾ ਕਰੋ ਇੱਥੇ ਡਟ ਕੇ ਤੁਸੀਂ ਆਪਣੀ ਤੇ ਇੱਥੇ ਸਾਨੂੰ ਆਏ ਨੂੰ 2 ਸਾਲ ਹੋ ਗਏ ਜੀ ਇੱਥੇ ਸਾਰੀਆਂ ਜ਼ਖਮੀ ਗਊਆਂ ਬਿਮਾਰ ਗਊਆਂ ਜਿਹੜੀਆਂ ਰੋਡ ਤੋਂ ਅਸੀਂ ਲੈ ਕੇ ਜਾਂਦੇ ਆਂ ਇੱਥੇ ਇਹਨਾਂ ਦਾ ਮੈਡੀਕਲ ਸੇਵਾ ਕੀਤੀ ਜਾਂਦੀ ਹੈ ਸਾਡੇ ਕੋਲ ਇੱਥੇ ਦੋ ਡਾਕਟਰ ਨੇ ਜੀ ਜਿਹੜੇ ਸਾਡੇ ਕੋਲ ਇੱਥੇ ਸੇਵਾ ਦੇ ਰਹੇ ਨੇ ਸਾਨੂੰ ਕਿੰਨੀਆਂ ਗਊਆਂ ਨੇ ਇੱਥੇ ਜ਼ਖਮੀ ਗਊਆਂ ਕਿੱਥੇ ਸਾਡੇ ਕੋਲ 80 ਗਊਆਂ ਨੇ ਜੀ ਅਸੀ ਗਉਆਂ ਨੇ ਜੀ ਦੋ ਕੋੜੇ ਨੇ ਕਿਸ ਤਰ੍ਹਾਂ ਦੀ ਜ਼ਖਮ ਇੱਥੇ ਪਾਏ ਜਾਂਦੇ ਨੇ ਗਉਆਂ ਦੇ ਵਿੱਚ ਕਿਸ ਤਰ੍ਹਾਂ ਜ਼ਖਮੀ ਹੁੰਦੀਆਂ ਨੇ ਉਹ ਸੜਕਾਂ ਤੋਂ ਕੂੜਾ ਖਾਰੀਆਂ ਜੀ ਸੜਕਾਂ ਤੋਂ ਕੂੜਾ ਖਾ ਕੇ ਨਾਲ-ਨਾਲ ਨਟ ਬੋਲਟ ਪੇਚ ਵਾਸ਼ਲਾ ਲਿਫਾਫੇ ਬਲੇਡਸ ਰੇਜ਼ਰ ਬਹੁਤ ਕੁਝ ਨਿਕਲ ਰਿਹਾ ਪੇਟ ਦੇ ਵਿੱਚੋਂ ਅੱਜ ਅਭੀ ਹੁਣੇ ਰੀਸੈਂਟਲੀ ਇੱਕ ਹੜਕੂ ਬਾਬਾ ਜੀ ਆਏ ਨੇ ਇੱਥੇ ਉਹਦੇ ਪੇਟ ਦੇ ਵਿੱਚੋਂ ਆਪਰੇਸ਼ਨ ਹੋ ਗਿਆ 27 ਕਿਲੋ ਵਿੱਚੋਂ ਉਹਦੇ ਮਟੀਰੀਅਲ ਨਿਕਲਿਆ ਵੇਸਟ ਲਿਫਾਫੇ ਵਾਸ਼ਲਾ ਨਟ 볼ਟ ਬਹੁਤ ਕੁਝ ਨਿਕਲੇ ਪੇਟ ਚ ਲਾਈਟਰ ਗੈਸ ਲਾਈਟਰ ਸ਼ੇਫਟੀ ਬਲੇਡਸ ਬਹੁਤ ਕੁਝ ਨਿਕਲੇ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਜਾਨਵਰ ਹੈ ਜਿਹਹੀਆਂ ਚੀਜ਼ਾਂ ਖਾ ਰਹੇ ਨੇ ਕਿ ਕਿਸ ਦੀ ਗਲਤੀ ਹੈ ਸਾਰੀ ਆਮ ਪਬਲਿਕ ਦੀ ਜਨਤਾ ਜੀ ਆਮ ਪਬਲਿਕ ਦੀ ਸਾਰੀ ਇਹ ਗਲਤੀ ਹੈ ਜੀ ਕਰਾਂ ਦਾ ਕਿਚਨ ਦੀ ਵੇਸ ਜਿੰਨੀ ਹੈ ਸਾਈ ਲਫਾਫੇ ਚ ਪੋਲਿਸਿੰਗ ਚ ਬੰਨਿਆ ਚੱਕੇ ਸਿਰਦਾ ਡਸਟਬਿਨ ਚ ਭੁੱਖੇ ਲਾਚਾਰ ਜਿਹੜੇ ਗੋਵਨਸ਼ਾਹ ਬਾਸ ਸੜਕਾਂ ਤੇ ਰੋਟੀ ਦੇ ਤਲਾਸ਼ ਦੇ ਵਿੱਚ ਜਿਹੜਾ ਲਫਾਫਾ ਸਮੇਤ ਹੀ ਖਾ ਜਾਂਦੇ ਨੇ ਜੀ ਕੱਢ ਕੇ ਵਿੱਚੋਂ ਇਹ ਚੀਜ਼ਾਂ ਸਾਰੀਆਂ ਪੇਟ ਚ ਜਾ ਰਹੀਆਂ ਜੀ گاਵਾں ਦੇ ਇਸ ਇਹ ਸਾਰੇ ਜਿੰਮੇਵਾਰ ਸਾਰੇ ਆਪਾ ਲੋਕ ਸਾਰੇ ਸਾਰਾ ਸਮਾਜ ਜਿੰਮੇਵਾਰਾ ਦਾ ਜੀ ਐਦਾਂ ਕਿਉਂ ਹੁੰਦਾ ਕਿ ਜਦੋਂ ਪਸ਼ੂ ਕੰਮ ਦਾ ਨਹੀਂ ਹੁੰਦਾ ਦੁੱਧ ਨਹੀਂ ਦੇ ਰਿਹਾ ਤਾਂ ਉਸ ਨੂੰ ਅਵਾਰਾ ਛੱਡ ਦਿੱਤਾ ਜਾਂਦਾ ਬਸ ਲੋਕਾਂ ਦੀ ਲਾਲਚ ਵਧਿਆ ਹੈ ਲੋਕਾਂ ਦੀ ਲਾਲਚ ਵਧਿਆ ਹੈ ਸੋਚ ਛੋਟੀ ਹੈ ਸੋਚ ਛੋਟੀ ਹੈ ਲਾਲਚ ਵਧਿਆ ਹੋਇਆ ਹੈ ਇਨਸਾਨੀਅਤ ਖਤਮ ਹੋ ਰਹੀ ਹੈ ਇਹ ਇਸ ਤਰ੍ਹਾਂ ਹੋ ਗਿਆ ਸਮਾਜ ਦੇ ਵਿੱਚ ਅਸੀਂ ਆਪਣੀ ਸੰਸਕ੍ਰਿਤੀ ਤੋਂ ਆਪਣੇ ਵਿਚਾਰਾਂ ਤੋਂ ਦੂਰ ਹਟੇ ਜਾ ਰਹੇ ਹਾਂ ਸਾਡਾ ਨਿੱਜੀ ਲਾਲਚ ਵਧਿਆ ਰਿਹਾ ਅਸੀਂ ਆਪਣੇ ਵਿਰਸੇ ਦੀ ਆਪਣੀਆਂ ਗਊਆਂ ਦੀ ਸੰਭਾਲ ਨਹੀਂ ਰੱਖ ਪਾਰੇ ਦੁੱਧ ਦਾ ਉਹਨਾਂ ਦਾ ਅਸੀਂ ਸਾਰਾ ਸਾਲ ਵੀ ਲੈ ਲਨੇ ਆ ساری ਉਮਰ ਦਾ ਇੱਕ ਜ਼ਿਆਦਾ ਹਿੱਸਾ ਦੁੱਧ ਪੀਨੇ ਆ ਜਦੋਂ ਉਹ ਇਹ ਸਥਿਤੀ ਜਾ ਜਾਂਦੀ ਹੈ ਦੁੱਧ ਨਹੀਂ ਦਿੰਦੀ ਅਸੀਂ ਉਹਨਾਂ ਨੂੰ ਸੜਕਾਂ ਤੇ ਖੁੱਲਾ ਛੱਡ ਦਿੰਨੇ ਆ ਵੀ ਅਸੀਂ ਇਹਨਾਂ ਦਾ ਖਰਚਾ ਪਾਣੀ ਰੋਟੀ ਦਾ ਖਰਚਾ ਨਹੀਂ ਚੱਲ ਸਕਦੇ Hindu ਧਰਮ ਦੇ ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਜ਼ਿਆਦਾਤਰ ਸਮਾਜ ਜਿੱਥੇ-ਜਿੱਥੇ ਹੈਗਾ Hindu ਸਮਾਜ ਹੀ ਹੈ ਲੇਕਿਨ Hindu ਸਮਾਜ ਵੀ ਜਾਗਰਿਤ ਹੋਣ ਦੀ ਜ਼ਰੂਰਤ ਹੈ ਸਾਨੂੰ ਗਊ ਦੇ ਦੁੱਧ ਤੋਂ ਇਲਾਵਾ ਇਹਨਾਂ ਦੇ ਗੋਬਰ ਤੋਂ ਕੀ ਉਪਯੋਗ ਹੋਣਾ ਚਾਹੀਦਾ ਹੈ ਉਹ ਆਮ ਸਮਾਜ ਦੇ ਵਿੱਚ ਸਾਨੂੰ ਚਿੰਤਨ ਕਰਨਾ ਪੈਣਾ ਹੈ ਉਹਨਾਂ ਦੇ ਗੋਮੂਤਰ ਕਿਸ ਤਰ੍ਹਾਂ ਇੱਕ ਬਿਮਾਰੀ ਲਈ ਬਹੁਤ ਉਪਯੋਗੀ ਹੈ ਕੈਂਸਰ ਜਿਹੇ ਘਾਤਕ ਰੋਗ ਨੂੰ ਦੂਰ ਕਰਨ ਲਈ ਗੋਮੂਤਰ ਬਹੁਤ ਉਪਯੋਗੀ ਹੈ ਅਸੀਂ ਆਮ ਸਮਾਜ ਦੇ ਵਿੱਚ ਐਸਾ ਇਹ ਸੰਸਥਾ ਦੇ ਰਾਹੀਂ ਯਤਨ ਕਰ ਰਹੇ ਹਾਂ ਕਿ ਗਊ ਦਾ ਗੋਮੂਤਰ ਤੇ ਗਊ ਗੋਬਰ ਲੋਕਾਂ ਦੇ ਵਿੱਚ ਆਮ ਪ੍ਰਚਲਨ ਜਾਵੇ ਤਾਂ ਕਿ ਲੋਕ ਇਹਨਾਂ ਨੂੰ ਸੜਕਾਂ ਤੇ ਛੱਡਣ ਤੋਂ ਪਰਹੇਜ਼ ਕਰਨ ਗਉਆਂ ਦੇ ਨਾ ਜ਼ਖਮਾਂ ਤੇ ਜਿਹੜੀ ਤੁਸੀਂ ਮਲਮ ਲਗਾ ਰਹੇ ਹੋ ਇੰਨੀ ਹਿੰਮਤ ਕਿਸ ਤਰ੍ਹਾਂ ਆਈ ਤੁਹਾਡੇ ਅੰਦਰ ਇਹ ਪਰਮਾਤਮਾ ਦਾ ਕੰਮ ਆ ਜੀ ਉਹਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਤਾਂ ਹਿੰਮਤ ਦੇਣ ਵਾਲੇ ਪਰਮਾਤਮਾ ਇਹਨਾਂ ਸਾਡੇ ਸਾਡੇ ਬਸ ਦਾ ਕੰਮ ਨਹੀਂ ਹੈ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਡਾਕਟਰਸ ਵੀ ਇਹਨਾਂ ਚੀਜ਼ਾਂ ਨੂੰ ਨੈਗਲੈਕਟ ਕਰ ਦਿੰਦੇ ਨੇ ਇਹ ਬਸ ਪਰਮਾਤਮਾ ਦੀ ਕਿਰਪਾ ਜੀ ਉਹੀ ਸਾਨੂੰ ਆਪਣੇ ਆਪ ਹੀ ਕੰਮ ਕਰਾ ਰਹੇ ਨੇ ਸਾਡੇ ਹਿੰਮਤ ਨਹੀਂ ਹੈ ਇੰਨੀ ਉਹ ਆਪਣੇ ਆਪ ਹੀ ਸਾਨੂੰ ਹਿੰਮਤ ਦੇ ਰਹੇ ਨੇ ਇੱਕ ਸੁਨੇਹਾ ਲਗਾ ਦਿਓ ਜਿਹੜੇ ਲੋਕ ਇਹ ਵੀਡੀਓ ਦੇਖਣਗੇ ਕਿ ਕਿਸ ਤਰ੍ਹਾਂ ਇਹ ਜਿਹੜੇ ਕੂੜਾ ਕਰਕਟ ਸੜ ਦਿੰਦੇ ਨੇ ਖੁੱਲੇ ਆਮ ਦੇ ਵਿੱਚ ਜਿਹੜੇ ਗਊ ਆ ਖਾ ਕੇ ਆਪਣੇ ਆਪ ਨੂੰ ਇੰਨਾ ਜ਼ਖਮੀ ਕਰ ਰਹੀਆਂ ਨੇ ਇੱਕ ਛੋਟਾ ਜਿਹਾ ਸੁਨੇਹਾ ਲਗਾ ਦਿਓ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਜਿਹੜੀ ਘਰ ਦੀ ਕਿਚਨ ਵੇਸਟ ਹੈ ਜੀ ਉਹਨੂੰ ਲਫਾਫੇ ਚ ਬੰਨਨ ਦੀ ਸੱਟ ਕੇ بجائے ਕਿ ਉਹਨੂੰ ਸਾਰਾ ਕੰਮ ਘਰ ਦਾ ਕਚਰਾ ਸਾਰਾ ਇੱਕ ਲਫਾਫੇ ਚ ਨਾ ਰੱਖੋ ਘਰ ਦੇ ਕਚਰੇ ਨੂੰ ਜਿਹੜਾ ਕਿਚਨ ਗ੍ਰੀਨ ਵੇਸਟ ਹੈ ਉਹ ਰਸੋਈ ਦੀ ਵੇਸਟ ਆ ਉਹ ਅਲੱਗ ਹੋਣੀ ਚਾਹੀਦੀ ਹੈ ਬਾਕੀ ਡਸਟਬਿਨ ਜੋ ਵੀ ਹੈ ਤੁਹਾਡਾ ਘਰ ਦਾ ਸਮਾਨ ਉਹ ਲੱਗ ਹੋਣਾ ਚਾਹੀਦਾ ਦੋਨੋਂ ਚੀਜ਼ਾਂ ਇਕੱਠੀਆਂ ਹੋਣ ਕਾਰਨ ਉਹ ਗਾਂ ਦੇ ਪੇਟ ਚ ਉਦੇ ਪੇਟ ਚੋਂ ਇੰਨਾ ਸਾਰਾ ਜਿਹੜਾ ਸਮਾਨ ਵੇਸਟ ਨਿਕਲਿਆ ਗੰਦ ਨਿਕਲਿਆ ਤਸਵੀਰਾਂ ਦਿਖਾ ਦਿਓ। ਲੋ ਜੀ ਲੋ ਆ ਨੰਦੀ ਆ ਜੀ ਇਹਦੇ ਪੇਟ ਦੇ ਵਿੱਚੋਂ ਸਾਰੇ ਇਹਦੇ ਸਾਰੇ ਸਰੀਰ ਦੇ ਵਿੱਚੋਂ ਕਿਹੜੇ ਹੀ ਕਿਹੜੇ ਸੀ ਜੀ ਡਾਕਟਰ ਦੇ ਰਿਕਮੈਂਡੇਸ਼ਨ ਨਾਲ ਅਸੀਂ ਇਹਨੂੰ ਯੂਨੀਵਰਸਿਟੀ ਭੇਜਿਆ। ਉੱਥੋਂ ਆਪਰੇਟ ਹੋਣ ਤੋਂ ਬਾਅਦ ਇਹਦੇ ਪੇਟ ਚੋਂ 27 27.5 ਕਿਲੋ ਵੇਸਟ ਨਿਕਲੀ ਹੈ। ਨਟ ਬੋਲਟ ਵਾਸ਼ਲਾ ਸ਼ੇਫਟੀ ਬਲੇਡਸ ਗੈਸ ਲਾਈਟਰ ਪਲਾਸਟਿਕ ਇੱਥੇ ਕੁਝ ਅਜਿਹੇ ਜਾਨਵਰ ਮੌਜੂਦ ਨੇ ਉਹਨਾਂ ਤੇ ਤੇਜ਼ਾਬ ਸੁੱਟਿਆ ਹੋਇਆ ਹੈ। ਉਹ ਕੁਛ ਇਸ ਚੀਜ਼ ਦੇ ਵਿੱਚ ਵੀ ਅਸੀਂ ਸਮਾਜ ਦਾ ਕਹਿ ਸਕਦੇ ਹਾਂ ਜਦ ਤੱਕ ਜਿਹੜੇ ਪਸ਼ੂ ਆਵਾਰਾ ਹੋ ਜਾਂਦੇ ਆ ਉਹ ਵੀ ਜਦੋਂ ਕਿਸਾਨ ਦੇ ਖੇਤ ਦੇ ਵਿੱਚ ਜਾ ਘੁਸਦੇ ਨੇ ਕਿਉਂਕਿ ਪੇਟ ਦੀ ਭੁੱਖ ਦਾ ਸਵਾਲ ਹੈ ਤਾਂ ਫਿਰ ਕਿਸਾਨ ਵੀ ਇਸ ਚੀਜ਼ ਤੋਂ ਨਾਰਾਜ਼ ਰਹਿੰਦਾ ਵਾ ਕਿਉਂਕਿ ਉਹਦੀ ਫਸਲ ਖਰਾਬ ਹੁੰਦੀ ਆ ਉਹ ਵੀ ਉਹ ਫਸਲ ਨੂੰ ਆਪਣੀ ਬਚਾਉਣ ਲਈ ਕੁਛ ਨਾ ਕੁਛ ਇਸ ਤਰੀਕੇ ਦੇ ਤਰੀਕੇ ਬਣਾਉਂਦਾ ਜਿਹਦੇ ਨਾਲ ਉਹ ਇਦਾਂ ਦੇ ਪਸ਼ੂਆਂ ਨੂੰ ਆਪਣੇ ਖੇਤ ਚੋਂ ਬਾਹਰ ਕਰ ਸਕੇ ਇਸ ਲਈ ਉਹ ਗਲਤ ਤਰੀਕਿਆਂ ਦਾ ਪ੍ਰਯੋਗ ਉਹ ਕਰਦਾ ਵਾ ਉਹਦੇ ਕਰਕੇ ਵੀ ਪਸ਼ੂ ਨੂੰ ਗਊਆਂ ਨੂੰ ਹਾਨੀ ਪਹੁੰਚਦੀ ਹੈ ਸੰਸਥਾ ਦੀ ਵੀ ਆਪਣੀ ਇੱਕ ਸੀਮਾ ਵਾ ਤਾਂ ਪੈਸੇ ਚਾਹੀਦੇ ਆ ਸਮਾਂ ਚਾਹੀਦਾ ਹੈ ਡਾਕਟਰਾਂ ਦੀ ਸਹਾਇਤਾ ਚਾਹੀਦੀ ਹੈ ਇਸ ਲਈ ਸਾਡੇ ਦੇ ਵੀ ਕੋਈ ਬਹੁਤ ਅਸੀਂ ਵੀ ਬਹੁਤ ਸਮਾਜ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਲੋਕ ਰੋਜ਼ ਆਪਣੇ ਪ੍ਰਯਾਸਾਂ ਨਾਲ ਲੋਕਾਂ ਨੂੰ ਮਿਲਦੇ ਆ ਤੇ ਉਹ თან ਇਕੱਠਾ ਕਰਦੇ ਆ ਪੈਸੇ ਦੀ ਕਮੀ ਰਹਿੰਦੀ ਆ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਕੋਈ ਪੈਸੇ ਨਾਲ ਦੇਵੇ ਕੋਈ ਸਰੀਰਕ ਸਹਿਯੋਗ ਦੇਵੇ ਕੋਈ ਮਾਨਸਿਕ ਸਹਿਯੋਗ ਦੇਵੇ ਐਸੀ ਇੱਕ ਸਮਾਜ ਨੂੰ ਅਪੀਲ ਆ ਇਹ ਜਾਨਵਰ ਇੱਥੇ ਆ ਜਾਂਦੇ ਨੇ ਜਾਂ ਤੁਸੀਂ ਕਿਤੋਂ ਇਹਨਾਂ ਨੂੰ ਰਸਤੇ 'ਚੋਂ ਲੈ ਕੇ ਆਂਦੇ ਹੋ ਰਸਤੇ 'ਚੋਂ ਲੈ ਕੇ ਆਂਦੇ ਜੀ ਰਸਤੇ 'ਚੋਂ ਲੈ ਕੇ ਆਂਦਾ ਜੀ ਐਮਬੂਲੈਂਸ ਗੱਡੀ ਹੈ ਸਾਡੇ ਕੋਲ ਤੇ ਫਿਰ ਜੋ ਸਾਨੂੰ ਸਾਡੇ ਹੈਲਪਲਾਈਨ ਤੇ ਸਾਡੇ ਹੈਲਪਲਾਈਨ ਤੇ ਕਾਲ ਆਉਂਦੀ ਆ ਤਾਂ ਫਿਰ ਅਸੀਂ ਆਪਣੀ ਗੱਡੀ ਪੇਜ ਕੇ ਉਹਨੂੰ ਪਿਕ ਕਰਾ ਲੈਂਦੇ ਜਿੱਦਾਂ ਰੋਡਸ ਵਗੈਰਾ ਤੇ ਐਕਸੀਡੈਂਟ ਹੋ ਜਾਂਦੇ ਆ ਕੋਈ ਗਾਂਰ ਚੰਦੀ ਪਈ ਆ ਕੋਈ ਬੇਧਿਆਨੇ ਅੱਗੇ ਆ ਗਈ ਤਾਂ ਉਹ ਸੱਟ ਦਾ ਸ਼ਿਕਾਰ ਹੋ ਜਾਂਦੀ ਹੈ ਫਿਰ ਉੱਥੋਂ ਪਈ ਰਹਿੰਦੀ ਹੈ ਕਈ ਕੇਸ ਤਾਂ ਇਦਾਂ ਦੇ ਹੋ ਜਾਂਦੇ ਜਿਹਦੇ ਸਾਡੇ ਕੋਲ ਤੱਕ ਸੂਚਨਾ ਪਹੁੰਚਦੀ ਨਹੀਂ ਤੇ ਉੱਥੇ ਪਈ ਪਈ ਤਕਲੀਫ ਦੇ ਵਿੱਚ ਮਰ ਜਾਂਦੀ ਹੈ ਕੋਈ ਕੇਸ ਪਹੁੰਚ ਜਾਂਦੇ ਆਸੀਂ ਆਪਣੇ ਜਿੰਨੀ ਵੱਧ ਤੋਂ ਵੱਧ ਤਾਕਤ ਹੋਵੇ ਉਹਨਾਂ ਅਸੀਂ ਕਰਕੇ ਉਹਨਾਂ ਦਾ ਉਪਚਾਰ ਕਰਦੇ ਆਂ ਤਾਂ ਕਿ ਇਹ ਇਹਨਾਂ ਨੂੰ ਕੋਈ ਤਕਲੀਫ ਘੱਟ ਤੋਂ ਘੱਟ ਹੋਵੇ ਸਾਡੇ ਹਸਪਤਾਲ ਜੀ ਪਿਛਲੇ 15 ਦਿਨਾਂ ਚ ਤਿੰਨ ਕੇਸ ਆਏ ਨੇ ਜੀ ਜਿਹੜੇ ਤੇ ਡੌਗ ਬਾਈਟ ਕੀਤੀ ਸੀ ਡੌਗ ਨੇ ਗਊਆਂ ਦੇ ਕੰਨ ਹੀ ਖਾਲੇ ਸਾਰੇ ਔਰ ਇਵਨ ਤੱਕ ਕਿ ਉਹਨਾਂ ਦਾ ਇੰਨਾ ਦੇ ਨਾ ਹੀ ਹਾਲਤ ਆ ਉਹਨਾਂ ਦੀ ਕੁਝ ਖਾਂਦੀਆਂ ਤਾਂ ਵੀ ਕੰਨਾਂ ਚੋਂ ਖਾਣਾ ਬਾਹਰ ਆ ਜਾਂਦਾ ਉਹਨਾਂ ਦੇ ਦੇਖਿਆ ਨਹੀਂ ਜਾਂਦਾ ਸਾਡੇ ਤੋਂ ਉਹ ਲੋਕ ਕਿਦਾਂ ਦੀ ਸੋਚ ਉਹਨਾਂ ਦੀ ਮਾਨਸਿਕਤਾ ਕੀ ਹੋਏਗੀ ਜਿਹੜਾ ਗਊਆਂ ਤੇ ਲਾਚਾਰ ਗਊਆਂ ਦੇ ਉੱਤੇ ਆਪਣੇ ਕੁੱਤੇ ਛੱਡ ਕੇ ਉਹਨਾਂ ਤੇ ਹਮਲਾ ਕਰਾ ਕੇ ਉਹਨਾਂ ਦੇ ਕੰਨ ਫੜ ਤੇ ਨੀਚੋਂ ਥਣ ਫੜ ਤੇ ਉਹਨਾਂ ਦੇ ਇਹ ਲੇ 15 ਦਿਨ ਦੇ ਵਿੱਚ ਸਾਡੇ ਕੋਲ 3 ਕੈਸ ਆ ਗਏ ਜੀ ਇੱਕੋ ਏਰੀਆ ਚ ਇੱਕੋ ਹੀ ਬੰਦਾ ਸ਼ਰਾਰਤੀ ਆ ਜਿਹੜਾ ਬੰਦਾ ਕੋਈ ਕਰ ਰਿਹਾ ਜੀ ਉਹ ਪਰਮਾਤਮਾ ਨੂੰ ਸਤਬੁੱਧੀ ਦਵੇ ਪ੍ਰਸ਼ਾਸਨ ਹੋਵੇ ਤੇ ਕੋਈ ਐਕਸ਼ਨ ਲਵੇ ਨਹੀਂ ਅਪੀਲ ਇਹੀ ਕੀਤੀ ਸੀ ਸਾਨੂੰ ਤੁਸੀਂ ਜਿਹਦਾ ਪਿੱਛੇ ਐਸੇ ਅਟੈਕ ਹੋਇਆ ਸੀਗਾ ਵੀ ਤੁਸੀਂ ਇਹਨੂੰ ਦੋਸ਼ੀ ਨੂੰ ਪਕੜਾ ਜਾਵੇ ਪਰ ਸਾਡੇ ਤੇ ਕੋਈ ਕੋਈ ਨਾ ਨੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਲੀਗਲ ਐਕਸ਼ਨ ਕੁਝ ਨਹੀਂ ਹੋਇਆ ਤਾਂ ਇੱਕ ਅਜੇ ਹ ਕੋੜਾ ਸੱਚਾ ਸਾਡੇ ਸਮਾਜ ਦਾ ਕਿ ਜਦੋਂ ਪਸ਼ੂ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਨੂੰ ਲਾਭਦਾਇਕ ਨਹੀਂ ਲੱਗਦਾ ਉਹਨਾਂ ਦੇ ਕੰਮ ਨਹੀਂ ਆ ਰਿਹਾ ਤਾਂ ਉਸ ਨੂੰ ਸੜਕਾਂ ਤੇ ਆਵਾਰਾ ਸੁੱਟ ਦਿੱਤਾ ਜਾਂਦਾ ਹੈ ਉਸ ਤੇ ਐਸਿਡ ਅਟੈਕ ਕਰਵਾਇਆ ਜਾ ਰਿਹਾ ਹੈ ਕੁੱਤਿਆਂ ਨਾਲ ਜਿਹੜਾ ਹੈ ਕੁੱਤੇ ਉਸ ਦੇ ਕੰਨ ਖਾ ਰਹੇ ਨੇ ਕੁੱਤਿਆਂ ਨੂੰ ਕਿਹਾ ਜਾ ਰਿਹਾ ਹੈ ਅਜਿਹਾ ਕੁਝ ਕਰਨ ਦੇ ਲਈ ਤੇ ਗਊਆਂ ਤੇ ਅਜਿਹੇ ਅਤਿਆਚਾਰ ਕਰਵਾਏ ਜਾ ਰਹੇ ਨੇ ਜਿਸ ਨੂੰ Hindu ਧਰਮ ਦੇ ਵਿੱਚ ਮਾਂ ਦਾ ਦਰਜਾ ਦਿੱਤਾ ਗਿਆ ਨਾ ਉੱਚਾ ਦਰਜਾ ਕੀਤਾ ਗਿਆ ਉਸ ਤੇ ਇਸ ਤਰ੍ਹਾਂ ਦਾ ਜ਼ੁਲਮ ਹੋ ਰਿਹਾ ਹੈ ਸਮਾਜ ਅੱਗੇ ਨਹੀਂ ਆ ਰਿਹਾ ਪ੍ਰਸ਼ਾਸਨ ਅੱਗੇ ਨਹੀਂ ਆ ਰਿਹਾ ਕਿਸੇ ਤਰ੍ਹਾਂ ਦੀ ਸਹਾਇਤਾ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਜਾ ਰਿਹਾ ਇਹ ਬੜਾ ਹੀ ਮੰਦਪਾਗਾ ਜਿਹੜਾ ਹੈ ਸੱਚ ਹੈ ਸਾਡੇ ਸਮਾਜ ਦਾ ਕਿ ਬੇਜ਼ੁਬਾਨ ਜਾਨਵਰਾਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਇਸ ਵੀਡੀਓ ਦੇ ਜ਼ਰੀਏ ਪ੍ਰਸ਼ਾਸਨ ਹਰਕਤ ਚ ਜ਼ਰੂਰ ਆਵੇਗਾ ਤੇ ਜ਼ਰੂਰ ਕੋਈ ਐਕਸ਼ਨ ਲਵੇਗਾ ਇਹਨਾਂ ਬੇਜ਼ੁਬਾਨ ਜਾਨਵਰਾਂ ਦੇ ਲਈ ਤੇ ਇਹਨਾਂ ਦੀ ਸਹਾਇਤਾ ਦੇ ਲਈ ਜਿਹੜੇ ਹੋਰ ਲੋਕ ਅੱਗੇ ਆਣਗੇ ਜਿਸ ਤਰ੍ਹਾਂ ਇਹ ਲੋਕ ਇਹਨਾਂ ਦੀ ਸੇਵਾ ਕਰ ਰਹੇ ਨੇ ਡੇਲੀ ਪੋਸਟ ਪੰਜਾਬੀ ਦੀ ਖਾਸ ਪੇਸ਼ਕਸ਼ ਫਿਲਹਾਲ ਬਸ ਐਨਾ ਹੀ ਜਲਦੀ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਦੇ ਨਾਲ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਜਗਰੂਪ ਦੇ ਨਾਲ ਸੁਮਨ ਜੈਤਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ